ਡਾਕਟਰ ਅਮਰ ਸਿੰਘ ਆਜ਼ਾਦ ਅਤੇ ਹੋਰ ਸਿਹਤ ਮਾਹਿਰਾਂ ਦੇ ਮੁਤਾਬਕ ਸਦਾ ਤੰਦਰੁਸਤ ਰਹਿਣ ਦੇ ਨੁਕਤੇ ਗੁਰਬਾਣੀ ਸਿਹਤ ਖੇਤੀ ਦੀ ਗੱਲ ਮਸਲੇ ਸਾਰੇ ਕਰੇਗੀ ਹੱਲ ਸੰਪੂਰਨ ਖੇਤੀ ਪੂਰਨ ਰੋਜ਼ਗਾਰ ਜ਼ਹਿਰ ਯੁਕਤ ਤੋਂ ਜ਼ਹਿਰ ਮੁਕਤ ਬਲ ਇੱਕ ਸਫ਼ਰ ਫਗਵਾੜਾ ਗੁੜ ਗਰੋਵ ਕ੍ਰੋਪਿੰਗ ਸਿਸਟਮ ਦੇ ਸਫਲ ਖੇਤੀ ਮਾਡਲ ਦੇ ਨਾਲ ਨਾਲ ਹੋਰ ਸਹਾਇਕ ਕਿੱਤਿਆਂ ਤੋਂ ਇਲਾਵਾ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਮਸਲਿਆਂ ਨਾਲ ਸੰਬੰਧਿਤ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਤੁਹਾਡਾ ਆਪਣਾ ਮਨੁੱਖਤਾ ਪੱਖੀ ਯੂਟਿਊਬ ਦਰਬਾਰੇ ਖਾਲਸਾ ਚੈਨਲ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰਕੇ ਪ੍ਰਚਾਰ ਵਿੱਚ ਹਿੱਸਾ ਪਾਓ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਪ੍ਰੀਤ ਸਿੰਘ ਕਾਲਾਬੂਲਾ। ਅੱਜ ਸਾਡੇ ਕੋਲ ਸਰਕਾਰੀ ਸਕੂਲ ਦੇ ਟੀਚਰ ਮੈਡਮ ਸੁਭਨੀਤ ਕੌਰ, ਸੁਪਿੰਦਰ ਕੌਰ, ਸਰਬਜੀਤ ਕੌਰ ਪਹੁੰਚੇ ਨੇ। ਇਹ ਆਪਣਾ ਫਾਰਮ ਦੇਖਣ ਲਈ ਪਹੁੰਚੇ ਨੇ ਅੱਜ ਔਰਗੈਨਿਕ। ਇਹ ਮੈਡਮ ਸਾਇੰਸ ਟੀਚਰ ਨੇ ਅਤੇ ਸਰਚਾਂ ਵੀ ਕਰਦੇ ਰਹਿੰਦੇ ਨੇ। ਇਹ ਆਪਣੇ ਕੋਲ ਅੱਜ ਮਿੱਟੀ ਲੈ ਕੇ ਜਾਣਗੇ ਜੋ ਕਿ ਟੈਸਟ ਕਰਨਗੇ ਵੀ ਇਹ ਜਿਹੜੀ ਔਰਗੈਨਿਕ ਹੈਗੀ ਆ। ਸਬਜ਼ੀਆਂ ਵਗੈਰਾ ਵੀ ਦੇਖਣਗੇ ਅਤੇ ਗੰਡੋਏ ਵੀ ਦੇਖਣ ਆਏ ਸੀਗੇ। ਬਹੁਤ ਬਹੁਤ ਧੰਨਵਾਦ ਮੈਡਮ ਜੀ, ਆਪਣਾ ਕੀਮਤੀ ਸਮਾਂ ਕੱਢ ਕੇ ਤੁਸੀਂ ਸਾਡੇ ਕੋਲ ਆਏ ਅਤੇ ਸਾਡਾ ਫਾਰਮ ਦੇਖਿਆ। ਅਤੇ ਮੈਡਮ ਅੱਗੇ ਵੀ ਜਿਹੜਾ ਜਾ ਕੇ ਮੈਡਮ ਜੀ ਨੇ ਦੱਸਿਆ ਵੀ ਅਸੀਂ ਵੀ 2 ਵਿਘਿਆਂ ਤੋਂ ਜਿਹੜੀ ਇਹ ਤਕਨੀਕ ਫਗਵਾੜਾ ਗੁੱਡ ਗਰੋ ਕ੍ਰੋਪਿੰਗ ਸਿਸਟਮ ਦੇ ਨਾਲ ਜਿਹੜਾ ਅਸੀਂ ਵੀ ਫਸਲਾਂ ਬੀਜਣੀਆਂ ਸ਼ੁਰੂ ਕਰਾਂਗੇ। ਇਹ ਵੀ ਮੈਡਮ ਜੀ ਦਾ ਬਹੁਤ ਵੱਡਾ ਉਪਰਾਲਾ ਅਤੇ ਜੋ ਬੱਚੇ ਵੀ ਨਾਲ ਆਏ ਨੇ ਜੇ ਦੇਖਣ ਦੇ ਲਈ ਵੀ ਕਿਸ ਤਰ੍ਹਾਂ ਜਿਹੜੀ ਔਰਗੈਨਿਕ ਖੇਤੀ ਹੋ ਸਕਦੀ ਆ, ਕਿਉਂਕਿ ਲੰਬੇ ਸਮੇਂ ਤੋਂ ਇਹ ਪ੍ਰਚਾਰ ਹੁੰਦਾ ਆ ਰਿਹਾ ਜੀ ਇਹਦੇ ਵਿੱਚ ਮੁਨਾਫਾ ਨਹੀਂ ਹੈਗਾ ਜਾਂ ਇਹ ਘਾਟੇ ਦਾ ਬਣ ਜਾ। ਆਪਾਂ ਰੇਹਾਂ ਸਪਰੇਹਾਂ ਖਾ ਕੇ ਆਪਣੀਆਂ ਉਮਰਾਂ ਤਾਂ ਘਟਾ ਲਈਆਂ, ਝਾੜ ਵਧਾਉਣ ਦੇ ਚੱਕਰ 'ਚ ਉਮਰਾਂ ਘਟਾ ਲਈਆਂ। ਅੱਜ ਤੁਸੀਂ ਦੇਖ ਸਕਦੇ ਹੋ ਵੀ 20 ਤੋਂ 22 ਸਾਲ ਦਾ ਜਿਹੜਾ ਬੱਚਾ ਉਹਦੇ ਗੋਡੇ ਦੁਖਦੇ ਨੇ, ਮੋਢੇ ਦੁਖਦੇ ਨੇ। ਜਦਕਿ ਜਦੋਂ ਅਸੀਂ ਆਪਣਾ ਇਤਿਹਾਸ ਪੜ੍ਹਦੇ ਹਾਂ, ਵੱਡੇ ਘੱਲੂਘਾਰੇ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ, ਜੱਸਾ ਸਿੰਘ ਆਲੂਵਾਲੀਆ ਦੇ ਜਿਹੜੇ ਸਰੀਰ ਦੇ ਉੱਤੇ 22 ਫੁੱਟ ਸੀ, ਫਿਰ ਵੀ ਉਹ ਜੰਗ ਦੇ ਮੈਦਾਨ ਵਿੱਚ ਲੜਦਾ ਸੀ। ਇਹ ਜਿਹੜੀਆਂ ਰੇਹਾਂ ਸਪਰੇਹਾਂ ਨੇ ਸਾਨੂੰ ਰੋਗੀ ਕਰਿਆ, ਉਹਨਾਂ 'ਚੋਂ ਮੈਡਮ ਜੀ ਨੇ ਉਹਨਾਂ ਦਾ ਵੱਡੇ ਉਪਰਾਲੇ ਨੇ ਜਿਨ੍ਹਾਂ ਨੇ ਇਹ ਬੱਚਿਆਂ ਨੂੰ ਦੱਸ ਕੇ ਇਹ ਜਿਹੜਾ ਆਉਣ ਵਾਲਾ ਸਮਾਂ ਆਪਣਾ ਜ਼ਹਿਰ ਮੁਕਤ ਖੇਤ, ਜ਼ਹਿਰ ਮੁਕਤ ਹਵਾ ਅਤੇ ਜ਼ਹਿਰ ਮੁਕਤ ਪਾਣੀ, ਇਹਨਾਂ ਦੇ ਉਪਰਾਲੇ ਨੇ ਮੈਡਮ ਜੀ। ਬੜਾ ਬੜਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।